ਪਰਿਵਾਰ ਆਪਣੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਹੋਇਆ ਕੀ ਸੀਗਾ, ਕਦੋਂ ਬੱਚੇ ਗਏ, ਕਦੋਂ ਤੁਹਾਨੂੰ ਪਤਾ ਲੱਗਿਆ ਕਿ ਉਹ ਇਸ ਦੁਨੀਆ ਤੋਂ ਜਾ ਚੁੱਕੇ? ਮੈਨੂੰ ਕੱਲ੍ਹ ਸ਼ਾਮ ਨੂੰ 7 ਵਜੇ ਘਰੋਂ ਗਏ ਜੀ, 6:30-7 ਵਜੇ ਵੀ ਖੇਡਦੇ ਖੇਡਦੇ ਪਾਸੇ ਹੋ ਗਏ। ਸਾਨੂੰ 8 ਵਜੇ ਪਤਾ ਲੱਗਿਆ ਵੀ ਜਵਾਕ, ਦੂਜੇ ਜਿਹੜੇ ਨਾਲ ਜਵਾਕ ਗਏ ਸੀ ਉਹ ਵਾਪਸ ਆ ਘਰ ਆ ਗਏ। ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਉਹ ਤਾਂ ਪਾਰਕ 'ਚ ਹੀ ਬੈਠੇ ਆ। ਅਸੀਂ ਪਾਰਕ ਸਾਰੇ ਦੇਖਿਆ, ਦੋਨੇ ਪਾਰਕ, ਮੰਡੀ ਵਾਲੀ ਵੀ, ਇੱਧਰ ਗੁਰਦੁਆਰੇ ਵਾਲੀ ਸਾਈਡ ਵਾਲੀ, ਸਾਨੂੰ ਕਿਤੇ ਨਹੀਂ ਬੱਚੇ ਮਿਲੇ। ਅਸੀਂ ਫਿਰ ਉਹਨਾਂ ਬੱਚਿਆਂ ਦੇ ਘਰ ਜਾ ਕੇ ਪੁੱਛਿਆ ਉਹਨਾਂ ਨੂੰ, ਉਹ ਕਹਿੰਦੇ ਨਹੀਂ ਅਸੀਂ ਤਾਂ ਉੱਥੇ ਹੀ ਛੱਡ ਕੇ ਆਏ ਹਾਂ। ਮੈਂ ਵੀ ਕੋਈ ਹੋਰ ਗੱਲ ਹੋਈ, ਲੜਾਈ ਝਗੜਾ ਤਾਂ ਵੀ ਦੱਸ ਦਿਉ ਵੀ ਡਰਦੇ ਕਿਤੇ ਉਹ ਭੱਜ ਗਏ, ਅਸੀਂ ਲੈ ਆਵਾਂਗੇ। ਅਸੀਂ ਉਸ ਤੋਂ ਬਾਅਦ ਫਿਰ ਥਾਣੇ ਜਾਂਦੇ ਰਹੇ ਜੀ, ਥਾਣੇ ਇਤਲਾਹ ਕਰਕੇ ਫਿਰ ਅਸੀਂ ਆਪਦੇ ਤੌਰ 'ਤੇ ਜਿੰਨਾ ਸਾਡੇ ਤੋਂ ਲੱਭਿਆ ਗਿਆ ਸਾਰੀ ਮੰਡੀ ਦਾ ਚੱਪਾ ਚੱਪਾ ਛਾੜਤਾ ਸੀ। ਅਸੀਂ ਸਟੇਸ਼ਨ 'ਤੇ ਸਾਰੀ ਰਾਤ ਮੈਂ ਬੈਠਾ ਰਿਹਾ। ਫਿਰ ਸੁਬਾਹ ਮੇਰਾ ਗੁਆਂਢੀ ਮੈਨੂੰ ਕਹਿਣ ਲੱਗਿਆ, ਕਹਿੰਦਾ ਯਾਰ ਇੱਕ ਵਾਰੀ ਆਪਾਂ ਗੁਰਦੁਆਰੇ ਜਾ ਕੇ ਨਾ ਵੀ ਹੋਕਾ ਦਵਾ ਦਈਏ। ਅਸੀਂ ਗੁਰਦੁਆਰੇ ਵੀ ਗਏ, ਉਹਨਾਂ ਤੋਂ ਪੁੱਛਿਆ, ਉਹ ਕਹਿੰਦੇ ਵੀ ਦੁਪਹਿਰੇ ਆਏ ਸੀਗੇ, ਉਸ ਤੋਂ ਬਾਅਦ ਨਹੀਂ ਆਏ। ਫਿਰ ਵੈਸੇ ਸਰੋਵਰ ਬੰਨੀ 'ਤੇ ਧਿਆਨ ਜਾਂਦਾ ਰਿਹਾ ਵੀ ਦੇਖ ਲੈਣੇ ਸ਼ਾਇਦ ਜਵਾਕ ਉੱਥੇ ਬੈਠੇ ਹੋਣ। ਪਰ ਉੱਥੇ ਮੈਨੂੰ ਇੱਕ ਦੀ ਡੈੱਡ ਬੋਡੀ ਦੀ ਸੀ ਉੱਥੇ ਤੈਰਦੀ, ਦੂਜੇ ਦੀਆਂ ਮੈਨੂੰ ਚੱਪਲਾਂ ਦਿਖੀਆਂ। ਫਿਰ ਮੈਂ ਚੰਗੀ ਤਰ੍ਹਾਂ ਦੇਖਣ ਲੱਗ ਗਿਆ, ਫਿਰ ਮੈਨੂੰ ਦੋਨਾਂ ਦੀਆਂ ਚੱਪਲਾਂ ਦਿਸੀਆਂ। ਮਨ 'ਚ ਖਿਆਲ ਕੀ ਆ ਰਿਹਾ ਕਿ ਕਿਵੇਂ ਘਟਨਾ ਘਟ ਗਈ? ਕਿਤੇ ਇਹ ਤਾਂ ਨਹੀਂ ਕਿ ਕਿਸੇ ਨਾਲ ਕੋਈ ਲਾਗ ਡਾਟ ਹੋਵੇ, ਦੁਸ਼ਮਣੀ ਹੋਵੇ, ਕੀ ਲੱਗਦਾ? ਹਾਦਸਾ ਹੈ ਜਾਂ ਕਿਸੇ ਨੇ ਕਿਤੇ ਮਾਰ ਕੇ ਤੇ ਬੱਚੇ ਨੂੰ ਤੋਂ ਸੁੱਟਤਾ, ਕੁਝ ਇਸ ਤਰ੍ਹਾਂ ਦੀ ਗੱਲਬਾਤ? ਮਨ 'ਚ ਖਿਆਲ ਕੀ ਆ ਰਿਹਾ, ਕੀ ਲੱਗ ਰਿਹਾ? ਬੱਚੇ ਆ ਜੀ, ਪਹਿਲੀ ਗੱਲ ਤਾਂ ਨਹਾਉਣ ਗਏ ਸੀਗੇ, ਉਹਨਾਂ ਦੇ ਕੱਪੜੇ ਪਾਏ ਹੋਏ ਆ। ਬੱਚਾ ਨਹਾਊਗਾ ਤਾਂ ਕੱਪੜੇ ਲਾ ਕੇ ਨਹਾਊਗਾ, ਬਿਨਾਂ ਕੱਪੜੇ ਪਾ ਕੇ ਤਾਂ ਨਹਾਉਂਦਾ ਹੀ ਨਹੀਂ ਗਾ। ਦੂਜੀ ਗੱਲ, ਬੱਚੇ ਦਾ ਪੇਟ ਫੁੱਲਿਆ ਹੁੰਦਾ, ਬੱਚੇ ਦਾ ਪੇਟ ਵੀ ਉਵੇਂ ਆ। 10-14 ਘੰਟਿਆਂ 'ਚ ਲਾਸ਼ ਉੱਪਰ ਕਿਵੇਂ ਆ ਗਈ? 72 ਘੰਟੇ ਨਹੀਂ ਲਾਸ਼ ਉੱਪਰ ਆਉਂਦੀ, 14 ਘੰਟੇ 'ਚ ਲਾਸ਼ ਉੱਪਰ ਆ ਗਈ। ਕੀ ਅਸ਼ੰਕੇ ਕੀ ਆ ਮਨ ਦੇ ਵਿੱਚ, ਕੀ ਮਨ 'ਚ ਖਿਆਲ ਆ ਰਿਹਾ? ਹੋ ਸਕਦਾ ਬੱਚਿਆਂ ਨਾਲ ਕੋਈ ਹਾਦਸਾ ਹੀ ਹੋਇਆ, ਇਹ ਹੁਣ ਰੱਬ ਜਾਣਦਾ ਵੀ ਕੀ ਹਾਦਸਾ ਹੋਇਆ। ਕੋਈ ਦੁਸ਼ਮਣੀ ਹੋਵੇ, ਕਿਸੇ 'ਤੇ ਸ਼ੱਕ ਹੋਵੇ ਕਿ ਯਾਰ ਇਹ ਬੰਦਾ ਕਰ ਸਕਦਾ, ਕੋਈ ਮਨ 'ਚ ਇਸ ਤਰ੍ਹਾਂ ਦਾ ਖਿਆਲ ਆਉਂਦਾ ਕਈ ਵਾਰੀ ਆਸ ਪੜੋਸ ਦੁਸ਼ਮਣੀ ਹੁੰਦੀ ਕਿਸੇ ਨਾਲ ਜਾਂ ਕੋਈ ਹੋਰ ਇਸ ਤਰ੍ਹਾਂ? ਬੱਚਿਆਂ ਤੱਕ ਤਾਂ ਕੋਈ ਜਾਂਦਾ ਹੀ ਨਹੀਂ ਜੀ ਅੱਜ ਤੱਕ। ਅੱਜ ਕੱਲ੍ਹ ਤਾਂ ਵੈਸੇ ਬੰਦਾ ਕਹਿੰਦਾ ਚੱਲ ਛੱਡ ਪਰਾਇਆ, ਬੱਚਿਆਂ ਨਾਲ ਕੀ, ਨਿੱਕੇ ਨਿੱਕੇ ਬੱਚਿਆਂ ਨਾਲ, 10-10 ਸਾਲ ਦੇ ਬੱਚਿਆਂ ਨਾਲ ਕੀ ਦੁਸ਼ਮਣੀ ਕੱਢਣਗੇ? ਕੀ ਲੱਗਦਾ ਕਿ ਉਹਦੀ ਜਾਂਚ ਹੋਵੇ ਕਿ ਕਲੀਅਰ ਹੋ ਜਾਵੇ, ਪਤਾ ਲੱਗ ਜਾਵੇ ਕਿ ਮਾਸੂਮ ਨਹਾਉਂਦੇ ਟਾਈਮ ਡਿੱਗੇ ਨੇ ਜਾਂ ਕੋਈ ਇਹਨਾਂ ਦਾ ਕੋਈ ਹਾਦਸਾ ਹੋ ਗਿਆ ਇਹਨਾਂ ਦੇ ਨਾਲ ਜਾਂ ਕਿਸੇ ਨੇ ਇਹਦਾ ਕਤਲ ਕਰਤਾ, ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੀ ਚਾਹੁੰਦੇ ਵੀ ਇਸ ਕੇਸ ਦੀ ਇਨਵੈਸਟੀਗੇਸ਼ਨ ਹੋਵੇ, ਜੋ ਵੀ ਬੱਚਿਆਂ ਨੂੰ ਇਨਸਾਫ ਮਿਲੇ। ਤੁਹਾਡੇ ਕੀ ਲੱਗਦੇ ਸੀ ਬੱਚੇ ਤੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਨੇ ਪਿੱਛੇ ਇਹਨਾਂ ਦੇ, ਫਾਦਰ ਮਦਰ ਕੌਣ ਕੌਣ ਹੈ? ਫਾਦਰ ਹੀ ਇਕੱਲਾ ਹੀ, ਮਦਰ ਦੀ ਤਾਂ ਡਿਵੋਰਸ ਹੋਇਆ ਦੋਨਾਂ ਦਾ, ਉਹਨੇ ਆਪਦਾ ਵਿਆਹ ਕਰਾਇਆ ਹੋਇਆ। ਮੇਰੇ ਭਤੀਜੇ ਹੈ, ਹੋਰ ਬਸ ਆਹੀ ਹੈ ਜੀ। ਪੁਲਿਸ ਦੀ ਕਾਰਵਾਈ ਕਿਸ ਤਰ੍ਹਾਂ ਰਹੀ ਹੈ ਜਦੋਂ ਬੱਚੇ ਮਿਸਿੰਗ ਹੁੰਦੇ ਨੇ, ਪੁਲਿਸ ਸ਼ਿਕਾਇਤ ਕਰਦੇ ਹੋ, ਪੁਲਿਸ ਹਰ ਕਚਾ ਕਿਸੇ ਨਾਲ ਦੀ ਨਾਲ ਸਾਥ ਦਿੱਤਾ? ਪੁਲਿਸ ਨੇ ਪੂਰਾ ਸਾਥ ਦਿੱਤਾ ਜੀ, ਪੁਲਿਸ ਬੰਨੀ ਸਾਨੂੰ ਕੋਈ ਇਤਰਾਜ਼ ਨਹੀਂ, ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਜੀ ਸਾਡਾ। ਇਹ ਹੈ ਨਹੀਂ ਵੀ ਪੁਲਿਸ ਨੇ ਸਾਡੇ ਕੁਛ ਗੱਲ ਨਹੀਂ ਸੁਣੀ, ਪੁਲਿਸ ਨੇ ਉਸੇ ਟਾਈਮ ਸਾਡੀ ਗੱਲ ਸੁਣੀ। ਬਿਲਕੁਲ, ਇਹ ਪਰਿਵਾਰ ਵਾਲੇ ਨੇ ਸ਼ੱਕ ਜ਼ਾਹਰ ਕਰ ਰਹੇ ਨੇ ਕਿ ਕਿਤੇ ਅਣਹੋੜੀ ਨਾ ਹੋ ਗਈ ਹੋਵੇ, ਕਿਉਂਕਿ 2 ਪੁਆਇੰਟ ਇਹਨਾਂ ਨੇ ਅਹਿਮ ਚੱਕੇ ਨੇ। ਪਹਿਲਾ ਅਹਿਮ ਇਹ ਹੈ ਕਿ ਜੇ ਬੱਚੇ ਨਹਾਉਣ ਗਏ ਸੀ ਤਾਂ ਕੱਪੜੇ ਕਿਉਂ ਪਾਏ ਹੋਏ ਸੀ, ਦੂਸਰਾ ਕਹਿੰਦੇ ਹੈ ਕਿ ਇੰਨੀ ਜਲਦੀ ਡੈੱਡ ਬੋਡੀ ਉੱਪਰ ਕਿਵੇਂ ਆ ਗਈ। ਹਾਲਾਂਕਿ ਜਾਂਚ ਦਾ ਵਿਸ਼ਾ ਜ਼ਰੂਰ ਹੈ, ਪੁਲਿਸ ਆਪਦੇ ਤੌਰ 'ਤੇ ਇਨਵੈਸਟੀਗੇਸ਼ਨ ਕਰ ਰਹੀ ਕਿ ਆਖਿਰਕਾਰ ਹਾਦਸਾ ਕਿਵੇਂ ਹੋਇਆ, ਕੀ ਪੈਰ ਸਲਿੱਪ ਹੋਇਆ ਜਾਂ ਨਹਾਉਣ ਵਾਸਤੇ ਬੱਚੇ ਗਏ ਸੀ ਜਾਂ ਕੋਈ ਹੋਰ ਗੱਲਬਾਤ ਹੈ। ਇਸ 'ਤੇ ਜਾਂਚ ਹੈ ਜਿਹੜੀ ਪੈਰਲਲ ਪੁਲਿਸ ਕਰ ਰਹੀ ਹੈ, ਪਰ ਮਾਤਾ ਪਿਤਾ ਨੇ, ਘਰ ਦੇ ਨੇ, ਚਾਚੇ ਤਾਏ ਨੇ ਸਵਾਲ ਖੜ੍ਹੇ ਕਰ ਰਹੇ ਨੇ ਕਿ ਆਖਿਰਕਾਰ ਇਸ ਪੂਰੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਸਾਫ਼ ਸੁਥਰੇ ਢੰਗ ਦੇ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਆਖਿਰਕਾਰ ਇਹ ਘਟਨਾ ਘਟੀ ਕਿਵੇਂ ਹੈ।